ਪੰਜਾਬ ਚ ਕਈ ਪੈਟਰੋਲ ਪੰਪਾਂ ਦੇ ਧਰਨੇ ਦਿੱਤੇ ਗਏ ਹੈ, ਟੋਲ ਪਲਾਜ਼ਾ ਦੇ ਧਰਨੇ ਦਿੱਤੇ ਗਏ, ਪਰ ਕੇਂਦਰ ਸਰਕਾਰ ਦਾ ਅੜੀਅਲ ਰਵੱਈਆ ਜਾਰੀ ਹੈ। ਪੰਜਾਬ ਦੇ ਕਿਸਾਨ ਹੈ ਜਿਹੜਾ ਪੂਰੇ ਦੇਸ਼ ਨੂੰ ਅੰਨ ਦਿੰਦੇ ਹੈ। ਅੱਜ ਦੇਸ਼ ਵਿੱਚ ਅੰਨ ਸਰਪਲਸ ਹੈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਮਿਹਨਤ ਕਰਕੇ। ਬੜਾ ਦੁੱਖ ਲੱਗ ਰਿਹਾ ਕਿ ਹਲੇ ਤੱਕ ਵੀ ਸੈਂਟਰ ਸਰਕਾਰ ਤੋਂ ਇਸ ਆਰਡੀਨੈਂਸ ਨੂੰ ਹੱਲ ਕਰਨ ਵਾਸਤੇ ਕਿਸਾਨ ਜਥੇਬੰਦੀ ਨਾਲ ਜਾਂ ਦੂਜੀਆਂ ਪੋਲੀਟੀਕਲ ਆਰਗਨਾਈਜੇਸ਼ਨ ਹਲੇ ਤੱਕ ਕੋਈ ਵੀ ਤਰੀਕਾ ਨਹੀਂ ਲੱਭਿਆ ਗਿਆ। ਪਿੱਛੇ ਜੇ ਉਹਨਾਂ ਨੇ ਅਫਸਰਾਂ ਦੀ ਮੀਟ ਕਮੇਟੀ ਬਣਾਈ, ਅਫਸਰ ਕੋਈ ਫੈਸਲਾ ਕਰਨਗੇ? ਆਹ ਜਿਹੜੇ ਆਰਡੀਨੈਂਸ ਬਣਾਏ ਅਫਸਰਾਂ ਨੇ ਬਣਾਏ, ਜਿਹੜੇ ਅਫਸਰਾਂ ਨੇ ਕਿਤੇ ਜ਼ਮੀਨ ਨਹੀਂ ਦੇਖੀ, ਕਿਤੇ ਖੇਤੀ ਨਹੀਂ ਦੇਖੀ, ਕਿਤੇ ਜ਼ਮੀਨ ਵਾਹੀ ਨਹੀਂ, ਕਿਤੇ ਪਿੰਡ 'ਚ ਨਹੀਂ ਗਏ, ਉਹਨਾਂ ਦੇ ਬਣੇ ਹੋਏ ਆਰਡੀਨੈਂਸ ਉਹ ਕਿਵੇਂ ਹੱਲ ਕਰਨਗੇ? ਮੈਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ, ਤੁਸੀਂ ਆਪ ਬੁਲਾਓ ਮੀਟਿੰਗ, ਆਪ ਬੁਲਾ ਕੇ ਸਾਰੀ ਜਥੇਬੰਦੀਆਂ ਨੂੰ ਬੁਲਾਓ, ਸਾਰੀ ਆਰਗਨਾਈਜੇਸ਼ਨ ਬੁਲਾਓ ਅਤੇ ਸੁਣੋ ਕੀ ਇਹਨਾਂ ਦੇ ਸ਼ੰਕੇ ਹੈ। ਜੋ ਪੰਜਾਬ ਦੇ ਕਿਸਾਨ ਉਹਨਾਂ ਨੇ ਆਪਣਾ ਖੂਨ ਪਸੀਨਾ ਬਿਠਾ ਵਹਾ ਕੇ ਪੂਰੇ ਦੇਸ਼ ਨੂੰ ਜਿੱਥੇ ਹੈਗਾ ਦੇਸ਼ ਅੱਜ ਤਰੱਕੀ ਦੇ ਰਾਹ 'ਚ ਹੈ ਕਿਸਾਨੀ ਕਰਕੇ ਹੈ। ਮੈਂ ਜਿਹੜਾ ਕਹਿਣਾ ਚਾਹੁੰਦਾ ਹੈ, ਜੇ ਕਿਸਾਨ ਖੁਸ਼ ਹੈ ਤਾਂ ਪੂਰਾ ਸੂਬਾ ਖੁਸ਼ ਹੈ ਅਤੇ ਪੂਰਾ ਦੇਸ਼ ਖੁਸ਼ ਹੈ, ਕਿਉਂਕਿ ਆਹ ਆਰਡੀਨੈਂਸ ਦਾ ਇਫੈਕਟ ਇਕੱਲਾ ਕਿਸਾਨਾਂ 'ਤੇ ਨਹੀਂ, ਖੇਤ ਮਜ਼ਦੂਰ 'ਤੇ ਵੀ ਹੈ, ਆੜ੍ਹਤੀ ਭਾਈਚਾਰੇ 'ਤੇ ਵੀ ਹੈ, ਜਿਹੜੇ ਮੰਡੀਆਂ 'ਚ ਕੰਮ ਕਰਦੇ ਲੇਬਰ 'ਤੇ ਵੀ ਹੈ, ਦੁਕਾਨਦਾਰਾਂ 'ਤੇ ਵੀ ਹੈ, ਆਮ ਵਪਾਰੀ 'ਤੇ ਹੈ, ਆਮ ਇੰਡਸਟਰੀ 'ਤੇ ਹੈ। ਜਿਹੜੇ ਸੂਬੇ ਵਿੱਚ ਤੁਸੀਂ ਦੇਖਿਆ ਮੀਂਹ ਨਹੀਂ ਪੈਂਦਾ, ਖੇਤੀ ਇਫੈਕਟ ਹੋ ਜਾਂਦੀ ਹੈ, ਉਹਨਾਂ ਸੂਬਿਆਂ ਦੇਖੋ ਸਾਰਾ ਕੁਝ ਹੀ ਫੇਲ ਹੋ ਜਾਂਦਾ, ਵਪਾਰ ਵੀ ਖਤਮ ਹੋ ਜਾਂਦਾ, ਦੁਕਾਨਾਂ ਵੀ ਨਹੀਂ ਚੱਲਦੀਆਂ, ਫੈਕਟਰੀਆਂ ਵੀ ਥੱਲੇ ਹੋ ਜਾਂਦੀਆਂ। ਸੋ ਕਿਸਾਨ ਨੂੰ ਖੁਸ਼ ਕਰਨ ਰੱਖਣਾ, ਕਿਸਾਨ ਦੀ ਮਿਹਨਤ ਦਾ ਫਲ ਉਹਨੂੰ ਮਿਲੇ ਅਤੇ ਪੂਰਾ ਦੇਸ਼ ਸਾਰੀ ਤਰੱਕੀ ਕਰ ਸਕਦਾ। ਸੋ ਆਹ ਜਿਹੜੇ ਇੰਨੀ ਦੇਰ ਹੋ ਗਏ ਕਿਸਾਨ ਸੰਘਰਸ਼ ਕਰ ਰਹੇ, ਵਿਚਾਰੇ ਸੜਕਾਂ 'ਤੇ ਬੈਠੇ, ਰੇਲਵੇ 'ਤੇ ਲਾਈਨ 'ਤੇ ਬੈਠੇ, ਹਲੇ ਤੱਕ ਕੋਈ ਇਨੀਸ਼ੀਏਟਿਵ ਨਹੀਂ ਲਿੱਤਾ ਗਿਆ ਸੈਂਟਰ ਸਰਕਾਰ ਤਰਫੋਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣਾ ਚਾਹੀਦਾ ਦਿੱਲੀ, ਉੱਥੇ ਬਹਿਣਾ ਚਾਹੀਦਾ। ਮੁੱਖ ਮੰਤਰੀ ਸੂਬੇ ਦਾ ਮੁੱਖ ਮੰਤਰੀ ਹੈ, ਮੁੱਖ ਮੰਤਰੀ ਇਲੈਕਟਿਡ ਹੈ, ਸਾਰੇ ਪੰਜਾਬੀਆਂ ਦਾ ਮੁੱਖ ਮੰਤਰੀ ਹੈ। ਜੇ ਪੰਜਾਬ ਦੇ ਕਿਸਾਨਾਂ ਨੂੰ ਸਮੱਸਿਆ ਹੈ, ਲੜਾਈ ਲੜਨੀ ਤਾਂ ਇਹਨੂੰ, ਪਰ ਮੁੱਖ ਮੰਤਰੀ ਨਿਕਲਦੇ ਨਹੀਂ ਆਪਣੇ ਘਰੋਂ, ਆਪਣੇ ਮੈਂ ਆਪਣੇ ਜਿੱਥੇ ਫਾਰਮ ਹਾਊਸ ਤੋਂ ਨਿਕਲਦੇ ਨਹੀਂ, ਮਿਲਦੇ ਨਹੀਂ, ਗੱਲ ਨਹੀਂ ਕਰਦੇ, ਹਾਲਾਤ ਤਾਂ ਹੀ ਵਿਗੜੀ ਪਈ ਹੈ। ਨਾ ਮੁੱਖ ਮੰਤਰੀ ਕੁਛ ਕਰਨ ਨੂੰ ਤਿਆਰ ਹੈ, ਨਾ ਦੇਸ਼ ਦੇ ਪ੍ਰਧਾਨ ਮੰਤਰੀ ਕਰਨ ਨੂੰ ਤਿਆਰ ਹੈ, ਲਾਵਾਰਿਸ ਬਣੇ ਪਏ ਆਪਾਂ। ਆਹ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਦੀ ਹੈ ਕਿ ਉਹ ਜਾ ਕੇ ਉੱਥੇ ਦਿੱਲੀ ਜਾਣ, ਉੱਥੇ ਬੈਠਣ, ਉੱਥੇ ਗੱਲ ਕਰਨ। ਮੁੱਖ ਮੰਤਰੀ ਉੱਥੇ, ਜੇ ਮੁੱਖ ਮੰਤਰੀ ਨੇ ਜਾਣਾ ਹੀ ਨਹੀਂ, ਉੱਥੇ ਮਿਲਣਾ ਹੀ ਨਹੀਂ, ਆਪਣੀ ਗੱਲ ਦੱਸਣੀ ਨਹੀਂ, ਆਪਣੇ ਪੰਜਾਬ ਦੀ ਭਾਵਨਾ ਦੱਸਣੀ ਨਹੀਂ, ਸੰਘਰਸ਼ ਕਰਨਾ ਨਹੀਂ, ਤਾਂ ਫਿਰ ਹੋਣਾ ਹੀ ਆ। ਐਂ ਨਹੀਂ ਹੋ ਸਕਦਾ ਕਿ ਮੁੱਖ ਮੰਤਰੀ ਘਰੇ ਬੈਠਾ ਰਹੇ ਅਤੇ ਸਾਰਾ ਕੁਛ ਬੰਦ ਹੋ ਜਾਏ। ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੈ, ਹੱਲ ਕਰਾਏ। ਉਹ ਜਿਹੜੀ ਮੰਤਰੀਆਂ ਦੀ ਕਮੇਟੀ ਬਣਾਈ ਹੈ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਨਹੀਂ, ਉਹ ਹੈ ਕਿਸਾਨਾਂ ਨੂੰ ਸਮਝਾਉਣ ਵਾਸਤੇ ਕਿ ਤੁਸੀਂ ਆਰਡੀਨੈਂਸ ਨੂੰ ਮੰਨੋ। ਆਹ ਇੱਕ ਗਲਤ ਅਪਰੋਚ ਹੈ। ਅਪਰੋਚ ਜਿਹੜੇ ਮੰਤਰੀ ਭੇਜਣੇ ਚਾਹੀਦੇ ਸੀ ਉਹਨਾਂ ਦੀਆਂ ਭਾਵਨਾ ਸੁਣ ਕੇ ਅਤੇ ਹੱਲ ਕਰਾਉਣ ਵਾਸਤੇ, ਉਹ ਜਿਹੜੇ ਮੰਤਰੀ ਆ ਰਹੇ ਆ ਹੱਲ ਕਰਾਉਣ ਵਾਸਤੇ ਨਹੀਂ, ਉਲਟਾ ਪ੍ਰੈਸ਼ਰ ਪਾਉਣ ਵਾਸਤੇ ਆ ਰਹੇ ਆ ਕਿ ਤੁਸੀਂ ਆਰਡੀਨੈਂਸ ਨੂੰ ਐਕਸੈਪਟ ਕਰੋ। ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਪਹਿਲੇ ਵੀ ਤਿਆਰ ਸੀ ਇਲੈਕਸ਼ਨ ਵਾਸਤੇ, ਹੁਣ ਵੀ ਤਿਆਰ ਹੈ, ਜਦੋਂ ਮਰਜ਼ੀ ਜਿਹੜੇ ਦਿਨ ਕਰਾਉਣਾ ਚਾਹੋ ਅਸੀਂ ਤਿਆਰ ਹਾਂ ਇਲੈਕਸ਼ਨ ਵਾਸਤੇ। ਮੈਂ ਵਧਾਈ ਦਿੰਦਾ ਕਿ ਬਹੁਤ ਵਧੀਆ ਕਦਮ ਕੀਤਾ,
कि इलेक्शन जो चीफ इलेक्शन कमीशन कमिश्नर लाए गए हैं बड़े बहुत वधिया जज साहब लाए गए हैं जिन्हां नाल जे तुसीं रिकॉर्ड देखो एक्सलेंट रिकॉर्ड है। पर ਤੁਹਾਡੇ ਜਿਹੜੇ ਸਾਥੀ ਰਹਿ ਚੁੱਕੇ ਨੇ ਉਹ ਬਹੁਤ ਸਾਰੇ ਦਾਅਵੇ ਕਰ ਰਹੇ ਕਿ ਅਸੀਂ ਸ਼੍ਰੋਮਣੀ ਕਮੇਟੀ ਤੇ ਅਸੀਂ ਕਾਬਜ਼ ਹੋਵਾਂਗੇ। ਮੈਂ ਕਹਿੰਦਾ ਇੱਕ ਕਾਬਜ਼ ਕੋਈ ਨਹੀਂ ਕਿਤੇ ਹੋ ਸਕਦਾ। ਆ ਗੁਰੂਆਂ ਆ ਗੁਰੂ ਦੀ ਸਿੱਖ ਕੌਮ ਦੀ ਕਮੇਟੀ ਹੈ, ਕਿਸੇ ਦੇ ਕਬਜ਼ੇ ਵਾਲੀ ਕਮੇਟੀ ਨਹੀਂ। ਅੱਜ 100 ਸਾਲ ਹੋ ਗਏ, 100 ਸਾਲਾਂ ਵਿੱਚ ਹਰ 5 ਸਾਲ ਬਾਅਦ ਇਲੈਕਸ਼ਨ ਹੁੰਦਾ ਡੈਮੋਕ੍ਰੈਟਿਕਲੀ। ਸਿੱਖ ਸੰਗਤ ਫੈਸਲਾ ਕਰਦੀ ਹੈ, ਜਿਸ ਨਾਲ ਸਿੱਖ ਸੰਗਤ ਵਿਸ਼ਵਾਸ ਰੱਖਦੀ ਹੈ ਉਹਨਾਂ ਨੂੰ ਬਣਾਉਂਦੀ ਹੈ। ਲਗਾਤਾਰ 100 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵਿਸ਼ਵਾਸ ਰੱਖਿਆ, ਹੁਣ ਵੀ ਸ਼੍ਰੋਮਣੀ ਅਕਾਲੀ ਦਲ ਸਿੱਖ ਸੰਗਤ ਵਿੱਚ ਜਾਏਗਾ ਜਦੋਂ ਇਲੈਕਸ਼ਨ ਹੋਊਗੀ। ਤੇ ਹਰ ਆਦਮੀ ਨੂੰ, ਹਰ ਕੌਮ ਦੇ ਹਰ ਲੀਡਰ ਨੂੰ ਹਰ ਆਪਣਾ ਹੱਕ ਹੈ ਲੜਾਈ ਲੜਨ ਦਾ, ਮੋਸਟ ਵੈਲਕਮ ਹੈ। ਔਨ ਲੜਾਈ ਲੜ, ਇਲੈਕਸ਼ਨ ਜਨਤਾ ਜਾਣ, ਕੌਮ ਵਿੱਚ ਜਾਣ, ਕੌਮ ਫੈਸਲਾ ਕਰੂਗੀ ਕਿਹਦੇ 'ਤੇ ਵਿਸ਼ਵਾਸ ਹੈ। ਆਪ ਨਹੀਂ ਕਹਿ ਸਕਦੇ, ਉਹ ਆਪ ਨਹੀਂ ਕਹਿ ਸਕਦੇ ਅਸੀਂ ਕਬਜ਼ਾ ਕਰਾਂਗੇ, ਉਹਨਾਂ ਦੀ ਕਪੈਸਿਟੀ ਕਿਸੇ ਦੀ ਨਹੀਂ ਹੈ। ਵਿਰੋਧੀ ਧਿਰਾਂ ਤੇ ਜਥੇਬੰਦੀਆਂ ਸਰਕਾਰ ਕਮੇਟੀਆਂ ਸਭ ਸ਼੍ਰੋਮਣੀ ਕਮੇਟੀ ਦੇ ਭਾਜਪ ਹੋ ਚੁੱਕੀਆਂ, ਅਕਾਲੀ ਦਲ ਵੀ ਜਿਹੜਾ ਉਹ ਟੁੱਟ ਚੁੱਕਾ, ਵੀ ਸ਼੍ਰੋਮਣੀ ਕਮੇਟੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਆਪਣਾ ਅਕਸ ਬਚਾ ਸਕੇ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਪਾਰਲੀਮੈਂਟ ਹੈ, ਇਹਦੇ ਅਕਸ਼ ਨੂੰ ਕੋਈ ਖਰਾਬ ਨਹੀਂ ਕਰ ਸਕਦਾ। ਆ ਕੌਮ ਦੀ ਜਾਇਦਾਦ ਹੈ, ਆ ਕੌਮ ਦਾ। ਆ ਜਿਹੜੇ ਲੋਕੀ ਕਿਚੜ ਸਿੰਘਦੇ ਹੈ ਉਹ ਆਪਣਾ ਪਿਛੋਕੜ ਦੇਖਣ ਪਹਿਲੇ। ਨਵਜੋਤ ਸਿੰਘ ਸਿੱਧੂ ਪਹਿਲੇ ਅਕਾਲੀ ਦਲ ਬੀਜੇਪੀ ਚ ਵੀ ਨਾਰਾਜ਼ ਹੈ, ਹੁਣ ਕਾਂਗਰਸ ਵੀ ਨਾਰਾਜ਼ ਨਜ਼ਰ ਆ ਰਹੇ ਨੇ। ਮੈਂ ਤੈਨੂੰ ਇੱਕ ਗਰੰਟੀ ਦਿੰਦਾ, ਉਹ ਸ਼੍ਰੋਮਣੀ ਅਕਾਲੀ ਦਲ ਚ ਨਹੀਂ ਆ ਸਕਦਾ, ਹੋਰ ਕਿਤੇ ਮਰਜ਼ੀ ਦੇ ਸਕਦਾ। ਹੋਰ ਇੱਕ ਗਰੰਟੀ ਮੇਰੀ ਹੈ, ਬਾਕੀ ਉਹਦੀ ਕੋਈ ਗਰੰਟੀ ਨਹੀਂ ਹੈ, ਉਹਦਾ ਕੋਈ ਪਤਾ ਨਹੀਂ ਅੱਜ ਕਿੱਥੇ, ਕੱਲ ਕਿੱਥੇ, ਪਰਸੋਂ ਕਿੱਥੇ। ਤੁਹਾਡੇ ਨਾਲ ਵੀ ਰਹੇ ਕਾਫੀ ਸਮਾਂ, ਪਰ ਕਾਰਨ ਕੀ ਸਿੱਧੂ ਸਾਹਿਬ ਦੀ ਨਾਰਾਜ਼ਗੀ ਹੁੰਦੀ ਕਿਉਂ ਹੈ? ਸਿੱਧੂ ਸਾਹਿਬ ਦੀ ਨਾਰਾਜ਼ਗੀ ਬਾਰੇ ਸਭ ਤੋਂ ਵਧੀਆ ਅੰਮ੍ਰਿਤਸਰ ਦੀ ਪ੍ਰੈਸ ਦੱਸ ਸਕਦੀ ਹੈ, ਕਿਉਂਕਿ ਤੁਸੀਂ ਡੇਲੀ ਡੀਲ ਕਰਦੇ ਹੋ ਉਹਨਾਂ ਨੂੰ। ਨਹੀਂ, ਮੈਂ ਕਹਿੰਦਾ ਡੇਲੀ ਡੀਲ ਕਰਦੇ ਹੋ, ਮੈਂ ਤਾਂ ਕਿਤੇ ਕਿਤੇ ਕਰਦਾ, ਤੁਸੀਂ ਉਹਨਾਂ ਨੂੰ ਡੇਲੀ ਡੀਲ ਕਰਦੇ ਹੋ, ਮੈਥੋਂ ਵਧੀਆ ਤੁਸੀਂ ਜਾਣਦੇ। ਕਿਸਾਨ ਕਹਿ ਰਹੇ ਕਿ ਪੋਲੀਟੀਕਲ ਪਾਰਟੀ ਸਾਡੇ ਜਿਹੜੇ ਧਰਨੇ ਉਹਨਾਂ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੇ। ਮੈਂ ਪਹਿਲੇ ਵੀ ਕਿਹਾ ਸੀ, ਅੱਜ ਵੀ ਕਹਿੰਦਾ, ਅਸੀਂ ਸਾਰੇ ਕਿਸਾਨ ਜਥੇਬੰਦੀਆਂ ਦੇ ਮਗਰ ਲੱਗਣ ਨੂੰ ਤਿਆਰ ਹਾਂ। ਸਾਨੂੰ ਕਿਸਾਨ ਜਥੇਬੰਦੀਆਂ ਹੁਕਮ ਕਰਨ, ਕਰਨਾ ਕੀ ਹੈ? ਅਸੀਂ 3 ਮੈਂਬਰ ਕਮੇਟੀ ਬਣਾਈ ਹੈ, ਚੰਦੂ ਮਹਾਰਾਜ ਸਾਹਿਬ, ਭੁੰਦੜ ਸਾਹਿਬ ਅਤੇ ਮਲੂਕਾ ਸਾਹਿਬ ਸਾਡੇ, ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ, ਸਾਰੀ ਜਥੇਬੰਦੀ ਨਾਲ ਤਾਲਮੇਲ ਰੱਖੋ, ਉਹਨਾਂ ਤੋਂ ਹੁਕਮ ਲਓ ਕਿ ਕਰਨਾ ਕੀ ਹੈ। ਅਸੀਂ ਉਹਨਾਂ ਦੇ ਝੰਡੇ ਥੱਲੇ ਉਹਨਾਂ ਦੇ ਕਹਿਣ 'ਤੇ ਜਿਵੇਂ ਕਹਿੰਦੇ ਸੰਘਰਸ਼, ਆਪਣਾ ਐਂਡ ਰਿਜ਼ਲਟ ਕੀ ਹੋਣਾ ਚਾਹੀਦਾ, ਕਿ ਆਪਣਾ ਜੋ ਮਕਸਦ ਉਹ ਪੂਰਾ ਹੋਣਾ ਚਾਹੀਦਾ, ਉਹ ਵੀ ਆਪਣੇ ਭਰਾ ਹੈ। ਕਿਸਾਨਾਂ ਨੂੰ ਕਹਿਣਾ ਕਿ ਬੀਜੇਪੀ ਤਰਫ ਕਮੇਟੀ ਭੇਜ ਲਈ ਹੈ ਹਮਨੇ ਮਨਾਨੇ ਕੇ ਲਈ, ਦੂਸਰੀ ਤਰਫ ਚੰਡੀਗੜ੍ਹ ਮੇਂ ਬੀਸੀ ਕਰੇ ਕਿ ਕਿਸਾਨ ਜਾਮ ਕਾ ਮਾਹੌਲ ਖਰਾਬ ਕਰ ਰਹੇ ਹੈ ਆਪਦੇ ਲਈ। ਮੈਂ ਉਹੀ ਕਹਿ ਰਿਹਾ ਕਿ ਜਿਹੜੀ ਕਮੇਟੀ ਭੇਜ ਰਹੀ ਹੈ, ਕਮੇਟੀ ਹੱਲ ਕਰਨ ਵਾਸਤੇ ਨਹੀਂ ਭੇਜ ਰਹੀ, ਉਲਟਾ ਸਮਝਾਉਣ ਤੇ ਕਹਿਣ ਨੂੰ ਕਹਿ ਰਹੀ ਹੈ ਕਿ ਅਸੀਂ ਚੰਗਾ ਕੀਤਾ ਕੰਮ। ਮਾਹੌਲ ਕੋਈ ਮਾਹੌਲ ਕਿਵੇਂ ਖਰਾਬ ਹੋਊਗਾ? ਸਾਰੇ ਕਿਸਾਨ ਜਿਨ੍ਹਾਂ ਨੇ ਸਾਰੀ ਜ਼ਿੰਦਗੀ, ਸਾਰੇ ਖੂਨ ਪਸੀਨੇ ਨਾਲ ਆਪਣੇ ਦੇਸ਼ ਨੂੰ ਪਾਲਿਆ ਤੇ ਪਲੋਸਿਆ, ਉਹ ਆਪਾਂ ਮਾਹੌਲ ਖਰਾਬ ਕਰਨਗੇ? ਜੇ ਬਿਜ਼ਨਸ ਬਚਾਉਣਾ ਹੁੰਦਾ ਫਿਰ ਅਸਤੀਫਾ ਦੇਣ ਦੀ ਲੋੜ ਨਹੀਂ ਹੈ। ਮੈਂ ਹੈਰਾਨ ਹਾਂ ਉਹਨਾਂ ਦੇ। ਅਸੀਂ ਸਾਰੀ ਖੇਤਰੀ ਪਾਰਟੀ ਨਾਲ ਵੀ ਗੱਲ ਕਰਾਂਗੇ, ਜਿਹੜੀ ਕਿਸਾਨ ਜਥੇਬੰਦੀਆਂ ਬਾਹਰ ਵੀ, ਜਿਹੜੀ ਸਾਡੀ 3 ਮੈਂਬਰ ਕਮੇਟੀ ਬਣਾਈ ਗਈ ਹੈ, ਉਹ ਸਾਰੀਆਂ ਦੂਜੀਆਂ ਜਥੇਬੰਦੀਆਂ ਕੋਲ ਜਾਊਗੀ, ਦੂਜੇ ਸੂਬਿਆਂ 'ਚ ਵੀ ਜਾਊਗੀ, ਇਕੱਠੇ ਕਰਕੇ। ਮੈਂ ਇੱਕ ਗੱਲ ਦੱਸਣਾ ਚਾਹੁੰਦਾ ਸਾਰੇ ਮੇਰੇ ਸਾਰੇ ਮੀਡੀਆ ਰਾਹੀਂ, ਆ ਜੰਗ ਤਾਂ ਜਿੱਤੀ ਜਾਊਗੀ ਜੇ ਆਪਾਂ ਇਕੱਠੇ ਹੋ ਕੇ ਲੜਾਂਗੇ। ਕਿਸੇ ਨੂੰ ਕੋਈ ਪ੍ਰਸਟੀਜ ਨਹੀਂ ਰੱਖਣੀ ਚਾਹੀਦੀ। ਮੈਂ ਪ੍ਰੈਜੀਡੈਂਟ ਅਕਾਲੀ ਦਲ, ਜੋ ਸਭ ਤੋਂ ਵੱਡੀ, ਮੈਂ ਕਹਿ ਸਕਦਾ ਹਿੰਦੁਸਤਾਨ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਜੇ ਹੈ, ਉਹ ਸ਼੍ਰੋਮਣੀ ਅਕਾਲੀ ਦਲ ਹੈ। ਦਾਸ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ, ਇਹ ਸਭ ਤੋਂ ਵੱਡੀ ਕਿਸਾਨਾਂ ਦੀ ਜਥੇਬੰਦੀ ਦੇ ਪ੍ਰਧਾਨ ਹੋਣ ਦੇ ਨਾਤੇ ਮੈਂ ਕਹਿ ਰਿਹਾ, ਅਸੀਂ ਸਭ ਤੋਂ ਪਿੱਛੇ ਲੱਗਣ ਨੂੰ ਤਿਆਰ ਹੈ। ਅਸੀਂ ਕਿਸੇ ਮਰਜ਼ੀ, ਕੋਈ ਵੀ ਆਪਣਾ ਝੰਡਾ ਲਾਏ ਐਕਸੈਪਟ ਕਾਂਗਰਸ, ਬਾਕੀ ਸਾਰਿਆਂ ਦੇ ਝੰਡੇ ਮਗਰ ਲੱਗ ਕੇ ਅਸੀਂ ਆਹ ਹੱਲ ਕਰਾਉਣਾ ਚਾਹੁੰਦੇ ਹਾਂ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਅਸੀਂ ਤੁਹਾਡੇ ਮਗਰ ਹੈ, ਜੋ ਤੁਸੀਂ ਕਹੋ, ਜਿਹੜੀ ਸਾਡੀ ਕਮੇਟੀ ਨੂੰ ਤੁਸੀਂ ਹੁਕਮ ਕਰੋਗੇ, ਸਾਡੀ 3 ਮੈਂਬਰ ਕਮੇਟੀ ਜੋ ਹੁਕਮ ਕਰੋਗੇ, ਜਿਸ ਤਰੀਕੇ ਦੀ ਸਹਿਯੋਗ ਚਾਹੋਗੇ, ਅਸੀਂ ਸਹਿਯੋਗ ਦੇਣ ਨੂੰ ਤਿਆਰ ਹੈ। ਜਿਵੇਂ ਤੁਸੀਂ ਕਹੋਗੇ, ਜਦੋਂ ਮਰਜ਼ੀ ਕਹੋਗੇ, ਅਸੀਂ ਤਿਆਰ ਹਾਂ।